जिना ਲੋਕਾਂ ਨੇ ਆਪਣੇ ਵਾਹਨਾਂ ਤੇ ਹੁਣ ਤੱਕ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਗਵਾਈਆਂ ਸਰਕਾਰ ਨੇ ਉਹਨਾਂ ਨੂੰ 30 ਜੂਨ ਤੱਕ ਦਾ ਸਮਾਂ ਦਿੱਤਾ ਹੈ ਇਸ ਦੇ ਬਾਅਦ ਸੂਬਾ ਸਰਕਾਰ ਦੇ ਟ੍ਰੈਫਿਕ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਚਲਾਨ ਮੁਹਿੰਮ ਸ਼ੁਰੂ ਹੋਏਗੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸੂਬਾ ਸਰਕਾਰ ਆਖਰੀ ਤਾਰੀਖ ਤੈਅ ਕਰ ਚੁੱਕੀ ਆ ਪਰ ਲੋਕਾਂ ਦੇ ਵਾਹਨਾਂ ਤੇ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲੱਗਣ ਕਾਰਨ ਹਰ ਵਾਰ ਆਖਰੀ ਤਰੀਕ ਵਧਾ ਦਿੱਤੀ ਜਾਂਦੀ ਹੈ ਗੱਲ ਜੁਰਮਾਨੇ ਦੀ ਕਰੀਏ ਤਾਂ ਕਿ ਬਿਨਾਂ ਹਾਈ ਸਕਿਉਟੀ ਰਜਿਸਟ੍ਰੇਸ਼ਨ ਨੰਬਰ ਪਲੇਟ ਲੱਗੇ ਹੋਣ ਤੇ ਪਹਿਲੇ ਜ਼ੁਰਮ ਲਈ 2000 ਰੁਪਏ ਉਸ ਤੋਂ ਬਾਅਦ 3000 ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ ਜੇਕਰ ਕਿਸੇ ਦੇ ਵਾਹਨ ਦਾ ਨਿਰਮਾਣ 1 April 2019 ਤੋਂ ਪਹਿਲਾਂ ਦਾ ਹੈ ਤਾਂ ਵਿਭਾਗ ਦੀ ਆਨਲਾਈਨ ਵੈੱਬਸਾਈਟ ਤੇ ਜਾ ਕੇ ਵਾਹਨ ਦੇ ਵਿਤਰਣ ਦਰਜ ਕੀਤੇ ਹੋਏ ਨੰਬਰ ਪਲੇਟ ਲਗਵਾਉਣ ਅਤੇ ਮਿਤੀ ਸਮੇਂ ਅਤੇ ਫਿਟਨੈਸ ਸੈਂਟਰ ਦੀ ਚੋਣ ਕੀਤੀ ਜਾ ਸਕਦੀ ਹੈ ਜਦੇ ਨਾਲ ਹੀ ਵਿਭਾਗ ਵੱਲੋਂ ਪਲੇਟ ਲਗਾਉਣ ਦੇ ਲਈ ਹੋਮ ਫਿਟਮੈਟ ਸਹੂਤਾ ਵੀ ਵਿਕਲਪ ਤੌਰ ਤੇ ਦਿੱਤੀ ਗਈ ਹੈ ਅਤੇ ਜੇਕਰ ਵਾਹਨ 1 April 2019 ਤੋਂ ਬਾਅਦ ਦਾ ਬਣਿਆ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਪਲੇਟਾਂ ਮੋਟਰ ਵਹੀਕ ਕੇ ਵਾਹਨਾਂ ਨੂੰ ਬਲੈਕਲਿਸਟ ਵੀ ਕਰ ਸਕਦੀ ਹੈ ਸਰਕਾਰ ਜੀ ਹਾਂ ਬਿਨਾ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਵਾਲੇ ਵਾਹਨਾਂ ਦੇ ਚਲਾਨ ਕਰਨ ਦੇ ਨਾਲ ਨਾਲ ਸੂਬਾ ਸਰਕਾਰ ਇਸ ਤਰ੍ਹਾਂ ਦੇ ਵਾਹਨਾਂ ਨੂੰ ਆਨਲਾਈਨ ਪੋਰਟਲ ਤੇ ਬਲੈਕਲਿਸਟ ਵੀ ਕਰ ਸਕਦੀ ਹੈ ਬਲੈਕਲਿਸਟ ਹੋਣ ਤੇ ਵਾਹਨ ਨੂੰ ਨਾ ਤਾਂ ਟ੍ਰਾਂਸਫਰ ਕੀਤਾ ਜਾ ਸਕਦਾ ਤੇ ਨਾ ਹੀ ਲੋਨ ਇੰਸ਼ੋਰੈਂਸ ਪੋਲਿਊਸ਼ਨ ਸਰਟੀਫਿਕੇਟ ਆਦਿ ਕਾਰਵਾਈ ਕੀਤੀ ਜਾ ਸਕਦੀ